ਅਸੀਂ ਇੱਕੋ ਹੀ ਗੱਲ ਲਾਸਟ ਬੋਲਣਾ ਚਾਹੁੰਦਾ। ਤਲਵੰਡੀ ਸਾਬੋ ਦਾ ਜਥੇਦਾਰ ਗਿਆਨੀ ਮੱਲ ਸਿੰਘ ਜੈਡ ਪਲੱਸ ਸੁਰੱਖਿਆ, ਕੌਣ ਹੈ? ਪੰਥ ਦਾ ਸੇਵਾਦਾਰ। ਜੇ ਸੇਵਾਦਾਰਾਂ ਨੂੰ ਜੈਡ ਪਲੱਸ ਦੇਣੀ, ਆਪਾਂ ਕਿੱਥੇ ਜਾਵਾਂਗੇ? ਇਹ ਜੈਡ ਪਲੱਸ ਸੁਰੱਖਿਆ ਦਾ ਖਰਚਾ ਕਿਤੇ ਪੈਂਦਾ? ਸਾਡੇ ਤੇ ਪੈਂਦਾ। ਰੁਪਈਆ ਕਿੱਥੋਂ ਜਾਂਦਾ? ਗੁਰੂ ਦੀਆਂ ਗੋਲਕਾਂ ਚ। ਗੋਲਕਾਂ ਚ ਕੌਣ ਪਾਉਂਦਾ? ਅਸੀਂ ਪਾਉਂਦੇ ਹਾਂ। ਜਮਾਂ ਪਾਉਣ ਦੀ ਲੋੜ ਨਹੀਂ ਕਿਸੇ ਗੁਰਦੁਆਰੇ ਚ। ਰੁਪਈਆ ਨਾ ਚੜਾਓ, ਤੁਹਾਡੇ ਕੋਈ ਘਾਟਾ ਨਹੀਂ ਪੈਣਾ, ਲੰਗਰ ਤਾਂ ਵੀ ਮਿਲੂਗਾ। ਪਰ ਉਹ ਜੇ ਉਹੀ ਪੈਸੇ ਤੁਸੀਂ ਗਰੀਬ ਦੀ ਹੈਲਪ ਕਰ ਦਿਓ, ਕਿਸੇ ਕਿਸਾਨ ਦੀ ਕਰਜ਼ੇ ਮਾਰੇ ਦੀ ਹੈਲਪ ਕਰ ਦਿਓ, ਉਹ ਸਭ ਤੋਂ ਵੱਡਾ ਪੁੰਨ ਹੈ। ਇਨਸਾਨੀਅਤ ਸਭ ਤੋਂ ਪਹਿਲਾਂ, ਗਰੀਬ ਦੇ ਮੂੰਹ ਚ ਪਾ ਦਿਓ ਉੱਥੇ ਗੋਲਕ ਦੋ ਪੈਣ ਤੋਂ ਪਹਿਲਾਂ। ਦੂਜਾ ਨਿਹੰਗ ਸਿੰਘ ਜਥੇਦਾਰ ਆ ਬਲਵੀਰ ਸਿੰਘ, ਉਹਨੂੰ ਜੈਡ ਪਲੱਸ ਦੇ ਰੱਖੀ ਹੈ, ਦੱਸੋ ਉਹਨੂੰ ਕਾਹਦਾ ਖਤਰਾ ਹੈ? ਜਥੇਦਾਰਾਂ ਨੂੰ ਕਾਹਦਾ ਖਤਰਾ? ਜੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਖਤਰਾ, ਜਿਹੜਾ ਪੰਥ ਦੀ ਦਹਾਈ ਪਾਉਂਦਾ ਫਿਰਦਾ, ਤਾਂ ਉਹਨੂੰ ਕਦੇ ਤੂੰ ਰਹਿਣ ਦੇ। ਪੰਥ ਦਾਪੀ ਚੱਲੀ, ਜਿਹਨੂੰ ਪੰਥ ਨੂੰ ਕੋਈ ਖਤਰਾ ਨਹੀਂ, ਵੋਟਾਂ ਆਉਣਗੀਆਂ, ਇੱਕੋ ਹੀ ਰੌਲਾ ਪਊਗਾ, ਪੰਥ ਨੂੰ ਖਤਰਾ ਜੀ। ਦੂਜਾ, ਇੱਕ ਬਾਦਲ ਸਾਹਿਬ ਰੋਜ਼ ਬਿਆਨ ਦਿੰਦੇ ਆ, ਹਰ ਇੱਕ ਜਗ੍ਹਾ ਤੇ ਸੰਗਤ ਦਰਸ਼ਨ ਚ ਇੱਕੋ ਹੀ ਬਿਆਨ ਆਉਂਦਾ ਹੈ, ਪੰਜਾਬੀਓ ਪਾਣੀਆਂ ਦੀ ਕੁਰਬਾਨੀ ਲਈ ਤਿਆਰ ਰਹੋ। ਕਿਉਂ ਕੁਰਬਾਨੀ ਕਰੀਏ ਵੀ? ਪੈਸਾ ਤੁਸੀਂ ਕਹੀਏ ਨਾ, ਕੁਰਬਾਨੀ ਅਸੀਂ ਦੇ ਚੱਲੀਏ, ਦਿਮਾਗ ਹਿੱਲਿਆ ਸਾਡਾ? ਸੋ ਲੋਕ ਕੋਲ ਜੁੜ ਕੇ ਰਹਾਂਗੇ ਤਾਂ ਕੁਛ ਖੱਟ ਜਾਂਗੇ, ਨਹੀਂ ਪੱਲੇ ਕੁਛ।